गुरु ग्रंथ साहब गल्लां करदे आखो सतना हाजर नाजर जो कहंदे चला गया घर ते जदों अगले दिन आया कहंदा जी पुछिया मेरी उम्र किन्नी गज के आखो सतना महापुरुष कहंदे हां पुछिया जरा कृपा करियो जी ਕਹਿੰਦਾ ਜੀ ਫਿਰ ਕੀ ਪੁੱਛਿਆ ਮੇਰੀ ਕਿੰਨੀ ਉਮਰ ਏ ਬਾਬਾ ਰਾਮ ਸਿੰਘ ਰਾਮਪੁਰ ਖੇੜੇ ਵਾਲੇ ਕਹਿੰਦੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਕਿ ਅਨਾਰ ਸਿੰਘ ਪੁੱਛਦਾ ਉਮਰ ਕਿੰਨੀ ਤੇ ਤੇਰੇ ਵਾਸਤੇ ਆ ਹੁਕਮਨਾਮਾ ਫਿਰ ਆਇਆ ਭਾਈ ਰੇ ਸਰ ਜਾਣੋ ਕਾਲ ਇਉਂ ਸਰ ਜਾਣੋ ਕਾਲ ਇਉਂ ਸਰ ਜਾਣੋ ਕਾਲ ਬੋਲੋ ਭੈਣੋ ਇਉਂ ਸਿਰ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਪਾਈ ਰੇ ਇਉਂ ਸਿਰ ਜਾਣੋ ਕਾਲ ਇਉਂ ਸਿਰ ਜਾਣੋ ਸਾਰੇ ਗੱਜ ਕੇ ਆਖੋ ਹੁਣ ਆਪੇ ਇਸ਼ਾਰਾ ਸਮਝ ਲਿਓ ਗੱਲਾਂ ਤਾਂ ਕਰਦੇ ਅਗਲੇ ਦਿਨ ਬੜੇ ਚਾਅ ਨਾਲ ਆਇਆ ਕਹਿੰਦਾ ਜੀ ਪੁੱਛਿਆ ਮੇਰੀ ਉਮਰ ਕਿੰਨੀ ਕਹਿੰਦੇ ਹਾਂ ਪੁੱਛਿਆ ਤੇਰੇ ਲਈ ਆਹ ਪੰਕਤੀਆਂ ਆਈਆਂ ਭਾਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਨਸਾ ਪਵੇ ਅਚਿੰਤਾ ਜਾਲ ਮਹਾਂਪੁਰਸ਼ ਕਹਿੰਦੇ ਵੀ ਜਿਹੋ ਜਿਹਾ ਇਸ਼ਾਰਾ ਸਮਾਂ ਤੇਰਾ ਥੋੜਾ ਹੀ ਰਹਿੰਦਾ ਥੋੜਾ ਹੀ ਬੜੇ ਧਿਆਨ ਨਾਲ ਸੁਣਿਓ ਬੜਾ ਸੀਰੀਅਸ ਹੋ ਗਿਆ ਅੱਛਾ ਮੈਂ ਵੀ ਦੋ ਚਾਰ ਸਾਲ ਦਾ ਹੀ ਪਰਾਉਣਾ ਕਿ ਪੰਜ ਦਸ ਸਾਲ ਦਾ ਹੀ ਜਾਂ ਸਾਲ ਦੋ ਸਾਲ ਕਹਿੰਦੇ ਹਾਂ ਨੇੜੇ ਤੇੜੇ ਕਾਲ ਸਿਰ ਤੇ ਜੋ ਇਸ਼ਾਰਾ ਆਇਆ ਜਦੋਂ ਉਹ ਚਿੰਤਾ 'ਚ ਹੋ ਗਿਆ ਤੇ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਤੈਨੂੰ ਪਹਿਲੀ ਵਧਾਈ ਜਿਹੜੀ ਆਪਣੇ ਤੇ ਦਇਆ ਕਰੀ ਦੀ ਨਾ ਉਹਦੇ ਛੇ ਪੱਖ ਨੇ ਤੂੰ ਪਹਿਲਾ ਪੱਖ ਪੂਰਾ ਕੀਤਾ ਆਪਣੇ ਤੇ ਦਇਆ ਦਾ ਗੁਰੂ ਵਾਲਾ ਬਣ ਗਏ
ਆਪਣੇ ਤੇ ਦਿਆ ਪਹਿਲਾ ਪਾਠ ਉਦਾਸ ਨਾ ਉਹ ਆਪਣੇ ਤੇ ਦਇਆ ਦਾ ਦੂਜਾ ਪੱਖ ਹੈ ਬੜੇ ਧਿਆਨ ਨਾਲ ਸੁਣਿਓ ਇਹ ਦੂਜਾ ਪੱਖ ਹੈ ਆਪਣੇ ਤੇ ਦਇਆ ਉਹ ਕੀ ਪੱਖ ਹੈ ਦੂਜਾ ਮੌਤ ਨੂੰ ਯਾਦ ਰੱਖ ਇਹਨੂੰ ਦੂਜੇ ਪਾਸੇ ਨਾ ਖੜਿਓ ਮੈਂ ਬਾਬਾ ਜੀ ਦੀ ਜ਼ੋਰੀ ਕਹਿ ਰਿਹਾ ਜੇ ਆ ਕਿਤੇ ਯਾਦ ਰਹਿ ਜੇ ਮੈਂ ਕਹਿੰਦਾ ਉਹ ਬੰਦਾ ਕਦੀ ਨਿੰਦਿਆ ਨਹੀਂ ਕਰੇ ਜਿਹਨੂੰ ਇਹ ਯਾਦ ਰਹਿ ਜੇ ਉਹ ਕਿਸੇ ਦਾ ਬੁਰਾ ਨਹੀਂ ਕਰੇ ਜਿਹਨੂੰ ਇਹ ਯਾਦ ਰਹਿ ਜੇ ਉਹ ਕਿਸੇ ਨਾਲ ਮੰਦਾ ਨਹੀਂ ਬੋਲੇਗਾ ਜਿਹਨੂੰ ਇਹ ਯਾਦ ਰਹਿ ਜੇ ਮਤਲਬ ਜੇ ਉਹ ਕਿਸੇ ਦਾ ਨੁਕਸਾਨ ਕਰਨ ਤੇ ਮਨ ਕਰ ਵੀ ਪਿਆ ਨਾ ਸੌ ਵਾਰੀ ਸੋਚੇਗਾ ਸਮਾਂ ਟੱਲ ਜਾਵੇ ਆਖੋ ਸਾਧਨਾ ਮੈਂ ਬਾਬਾ ਜੀ ਦੀ ਜ਼ੋਰੀ ਚ ਕਹਿੰਦਾ ਜਿਹਨੂੰ ਇਹ ਯਾਦ ਰਹਿ ਜੇ ਬਹੁਤ ਖਲੇਰੇ ਨਹੀਂ ਪਾਏਗਾ ਜਿਹਨੂੰ ਇਹ ਯਾਦ ਰਹਿ ਜੇ ਬੜੀ ਵੱਡੀ ਵਸਥਾ ਜੇ ਦਇਆ ਜੇ ਅਸਲੀ ਇਹਨੂੰ ਯਾਦ ਰੱਖ ਕਬੀਰ ਸਾਹਿਬ ਨੂੰ ਕਿਸੇ ਕਿਹਾ ਸੀ ਸਭ ਤੋਂ ਹੈਰਾਨਗੀ ਦੀ ਗੱਲ ਕਿਹੜੀ ਧਰਤੀ ਤੇ ਕਬੀਰ ਜੀ ਕਹਿੰਦੇ ਸਭ ਤੋਂ ਹੈਰਾਨਗੀ ਦੀ ਗੱਲ ਹੈ ਆਂਢ ਗੁਆਂਢ ਤੇ ਰਿਸ਼ਤੇਦਾਰੀ ਤੇ ਹੋਰ ਆਲੇ ਦੁਆਲੇ ਚ ਕਿੰਨੇ ਹੀ ਸਰੀਰ ਚੜ੍ਹਾਈ ਕਰਦੇ ਪਰ ਜਦੋਂ ਅਸੀਂ ਸੰਸਕਾਰ ਤੇ ਜਾਂਦੇ ਹਾਂ ਕਹਿੰਦੇ ਸਭ ਤੋਂ ਹੈਰਾਨਗੀ ਦੀ ਗੱਲ ਬੰਦੇ ਦੇ ਮਾਇੰਡ ਚ ਹੁੰਦਾ ਇਹਦੇ ਸੰਸਕਾਰ ਤੇ ਆਇਆ ਮੈਂ ਥੋੜੀ ਜਾਣਾ ਕਹਿੰਦੇ ਆ ਸਭ ਤੋਂ ਹੈਰਾਨਗੀ ਦੀ ਗੱਲ ਰੁਕਮਾਨ ਹਕੀਮ ਹੋਇਆ ਸਿਕੰਦਰ ਵੇਲੇ ਉਹਦੇ ਕੋਲ ਇੰਨੀ ਸ਼ਫਾ ਸੀ ਰੁਕਮਾਨ ਹਕੀਮ ਕੋਲ ਇੰਨੀ ਸ਼ਫਾ ਸੀ ਮੰਨ ਲਓ ਤੁਹਾਡੇ ਤੇ ਕੋਈ 6 ਮਹੀਨੇ ਬਾਅਦ ਬਿਮਾਰੀ ਆਉਣੀ ਹੈ ਨਾ ਤੇ ਉਹਨੂੰ ਪਹਿਲੇ ਪਤਾ ਲੱਗ ਜਾਂਦਾ ਸੀ 6 ਮਹੀਨੇ ਪਹਿਲੇ ਹੀ ਉਹਦੀ ਦਵਾਈ ਦੇ ਦਿੰਦਾ ਸੀ ਕੰਟਰੋਲ 'ਚ ਹੋ ਜਾਏਗੀ ਐਸੀ ਸ਼ਫਾ ਤੇ ਜਦੋਂ ਸਿਕੰਦਰ ਤੇ ਸਮਾਂ ਆਇਆ ਨਾ ਆ ਧੁੱਪ ਸਰਦੀ ਗਰਮੀ ਨਾਲ ਉਹ ਹੋ ਗਿਆ ਮੁੜ ਕੇ ਪੇਟ ਅਪਸੈਟ ਹੋ ਗਿਆ ਰੁਕਮਾਨ ਹਕੀਮ ਨੂੰ ਸਿਕੰਦਰ ਕਹਿੰਦਾ ਵੀ ਤੇਰੇ ਹੱਥਾਂ 'ਚ ਇੰਨੀ ਸ਼ਫਾ ਤੂੰ 6-6 ਮਹੀਨੇ ਪਹਿਲੇ ਹੀ ਰੋਗ ਅਜੇ 6 ਮਹੀਨੇ ਬਾਅਦ ਆਉਣਾ ਤੇ ਉਹਦੀ ਦਵਾਈ ਤੂੰ ਤੇਰੇ ਕੋਲ ਮੈਂ ਨਹੀਂ ਠੀਕ ਹੋ ਰਿਹਾ ਮੈਂ ਕਿ ਬਾਦਸ਼ਾਹ ਕਹਿੰਦੇ ਉਸ ਵੇਲੇ ਰੁਕਮਾਨ ਹਕੀਮ ਨੇ ਨਾ ਇੱਕ ਪੁੜੀ ਲਈ ਆਉਂ ਨਾਲੀ ਵਗਦੀ ਪਈ ਸੀ ਨਾਲੀ ਕਹਿੰਦੇ ਪੋੜੀ ਲਈ ਤੇ ਆਉਂ ਨਾਲੀ ਚ ਪਾਈ ਤੇ ਜਦੋਂ ਪਾਈ ਨਾ ਨਾਲੀ ਤੇ ਨਾਲੀ ਦਾ ਪਾਣੀ ਉੱਥੇ ਜੰਮ ਗਿਆ ਪੋੜੀ ਚ ਇੰਨੀ ਤਾਕਤ ਰੁਕਮਾਨ ਹਕੀਮ ਕਹਿੰਦਾ ਸਿਕੰਦਰ ਬਾਦਸ਼ਾਹ ਤੇਰਾ ਪੇਟ ਲੂਜ਼ ਏ ਪੇਟ ਅਪਸੈਟ ਏ ਇਹ ਮੇਰੀ ਪੋੜੀ ਚ ਇੰਨੀ ਤਾਕਤ ਏ ਕਿ ਪਾਣੀ ਨਾਲੀ ਦਾ ਜੰਮ ਗਿਆ ਪਰ ਤੇਰੇ ਅੰਦਰ ਇਹਦਾ ਕੋਈ ਅਸਰ ਨਹੀਂ ਹੋ ਰਿਹਾ ਹਫ ਸਤਨਾਮ ਤੂੰ ਮੈਨੂੰ ਕਹਿੰਦਾ ਵੀ 6 ਮਹੀਨੇ ਪਹਿਲੇ ਜਿਹੜੀ ਬਿਮਾਰੀ ਆਉਣ ਵਾਲੀ ਉਹਦੀ ਵੀ ਦਵਾਈ ਪਹਿਲੇ ਹੀ ਦੇ ਦੇਣਾ ਸਾਂ ਤੇ ਤੇਰਾ ਇਲਾਜ ਕਿਉਂ ਨਹੀਂ ਹੋ ਰਿਹਾ ਤੇ ਸੁਣਿਓ ਰੁਕਮਾਨ ਹਕੀਮ ਦਾ ਜਵਾਬ ਬੜਾ ਸਿਆਣਾ ਹਕੀਮ ਹੋਇਆ ਉਹ ਕੀ ਕਹਿੰਦਾ ਕਹਿੰਦਾ ਮੈਂ ਹਕੀਮ ਹਾਂ ਮੇਰੇ ਕੋਲ ਹਰ ਬਿਮਾਰੀ ਦੀ ਦਵਾਈ ਹੈ ਕਹਿੰਦਾ ਮੇਰੇ ਕੋਲ ਹਰ ਬਿਮਾਰੀ ਦੀ ਦਵਾਈ ਹੈ ਪਰ ਸਿਕੰਦਰ ਮਾਫੀ ਨਹੀਂ ਇੱਕ ਮੌਤ ਦੀ ਦਵਾਈ ਨਹੀਂ ਹੈ ਆਪੋ ਸਤਨਾਮ ਹਰ ਬਿਮਾਰੀ ਦੀ ਦਵਾਈ ਮੈਂ ਦੇ ਸਕਦਾ ਪਰ ਜਦੋਂ ਇਹ ਆਉਂਦੀ ਹੈ ਨਾ ਇਹਦੀ ਦਵਾਈ ਕੋਈ ਨਹੀਂ ਗੱਜ ਕੇ ਆਖੋ ਸਾਧ ਇਹ ਬੜੇ ਪਿਆਰੇ ਲਫ਼ਜ਼ ਨੇ ਜੀ ਮੇਰਾ ਦਿਲ ਕਰਦਾ ਸਾਂਝੇ ਕਰਾਂ ਇਹ ਜਦੋਂ ਉਹਨਾਂ ਨੇ ਉਹਨੂੰ ਕਿਹਾ ਨਾ ਵੀ ਆਪਣੇ ਤੇ ਦਇਆ ਕਰਨ ਦਾ ਤੂੰ ਪਹਿਲਾ ਪੱਖ ਪੂਰਾ ਕਰ ਲਿਆ ਉਮਰ ਛਕ ਲਿਆ ਦੂਜਾ ਪੱਖ ਤੂੰ ਕਿਹਾ ਮੇਰੀ ਉਮਰ ਪੁੱਛਦੇ ਹੋ ਤੇ ਆ ਗਿਆ ਭਾਈ ਦੇ ਸੁਣ ਜਾਣ ਕਾਲ ਜੋ ਮੱਛੀ ਪਤਾ ਨਹੀਂ ਇਹਨੂੰ ਕਿਹੜੇ ਲਈ ਜਾਲ ਪੈ ਜਾਣਾ ਇਸ ਤਰ੍ਹਾਂ ਹੀ ਤੂੰ ਆਪਣੇ ਆਪ ਨੂੰ ਮਾਣਸ ਸਮਝ ਇਹ ਦੂਜਾ ਪੱਖ ਇਹਨੂੰ ਹੀ ਸੰਭਾਲ ਲੈ ਇਹ ਵੀ ਆਪਣੇ ਤੇ ਦਇਆ ਹੈ ਇਹ ਯਾਦ ਰਵੇ ਯਾਦ ਰਵੇ ਮੈਂ ਉਹ ਲਫ਼ਜ਼ ਜਰਾ ਪੂਰੇ ਸੇਮ ਕਹਿਣਾ ਪੜਾ ਕਹਿੰਦੇ ਉਹਦੇ ਅੰਦਰ ਇੰਨਾ ਕੁ ਭੈ ਆ ਗਿਆ ਇਹ ਸੁਣ ਕੇ ਵੀ ਮੈਂ 1-2 ਸਾਲ ਜਾਂ 5 ਸਾਲ ਦਾ ਕਹਿੰਦੇ ਉਹ ਅਨਾਰ ਸਿੰਘ ਦਾ ਹਿਰਦਾ ਨਾ ਨਿਰਮਲ ਭੈ ਦੇ ਵਿੱਚ ਸਾਧ ਸੰਗਤ ਗੁਰੂ ਗੁਰੂ ਕਰਨ ਲੱਗ ਪਿਆ ਗੁਰੂ ਗੁਰੂ ਕਰਨ ਲੱਗ ਪਿਆ ਜੁੜ ਗਿਆ ਆਖੋ ਸਤਨਾਮ ਆ ਦੂਜੀ ਦਇਆ ਇਹਨੂੰ ਯਾਦ ਰਵੇ ਮੇਰੇ ਗੁਰੂ ਗੁਰੂ ਨਾਲ ਜੁੜ ਜਾਂਦਾ ਉਹ 6 ਪੱਖ 4 ਪੱਖ ਰਹਿ ਗਏ ਤੇ 5-7 ਮਿੰਟ ਵਿੱਚ ਉਹ ਵੀ ਸੇਵਾ ਲੈਣੀ ਕਿਰਪਾ ਕਰਨੀ
ਇਹ ਆਪਣੇ ਤੇ ਦਇਆ ਦੇ 6 ਪੱਖ ਨੇ ਬੜੇ ਪਿਆਰੇ। ਪਹਿਲਾ ਪੱਖ ਗੁਰੂ ਵਾਲਾ, ਦੂਜਾ ਮੌਤ ਯਾਦ, ਤੇ ਤੀਜਾ ਇੱਕ ਮਿੰਟ ਪੰਗਤੀ ਪੜਿਓ ਜੀ। ਐਸਾ ਗੁਰੂ ਗੱਜ ਕੇ ਆਖੋ ਸਤਨਾਮ। ਬੜੇ ਡੂੰਘੀ ਗੱਲ ਜਿਹੜਾ ਇਕਾਗਰਤਾ ਦੇ ਦੇਣੀ। ਬਾਰਵੀਂ ਦਇਆ ਆਪਣੇ ਤੇ, ਆਪਣੇ ਤੇ ਦਇਆ ਦਾ ਪਹਿਲਾ ਪੱਖ ਗੁਰੂ ਵਾਲਾ ਬਣਨਾ। ਜਿਹੜਾ ਗੁਰੂ ਵਾਲਾ ਬਣਿਆ ਉਹਨੇ ਆਪਣੇ ਤੇ ਦਇਆ ਕੀਤੀ ਸਮਝ। ਦੂਜਾ ਪੱਖ ਮੌਤ ਨੂੰ ਯਾਦ। ਬਾਬਾ ਰਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਨੇ ਤੀਜਾ ਪੱਖ ਬੋਲਿਆ, ਉਹ ਕੀ ਕਹਿੰਦੇ? ਮੰਦੇ ਕੰਮਾਂ ਤੋਂ ਰਹਿਤ ਹੋਣਾ, ਮੰਦੇ ਕੰਮਾਂ ਤੋਂ ਰਹਿਤ ਹੋਣਾ, ਪਾਸੇ ਹੋਣਾ। ਪਤਾ ਨਹੀਂ ਉਹਦਾ ਭਲਾ ਹੀ ਹੋਵੇ ਨਾਰ ਸਿੰਘ ਦਾ। ਉਹ ਅੱਗੋਂ ਕਹਿੰਦਾ, ਕਹਿੰਦਾ ਮਹਾਂਪੁਰਸ਼ ਇਹ ਤੀਜਾ ਪੱਖ ਕਿਵੇਂ ਲਿਆਈਏ? ਬਈ ਮੰਦੇ ਕੰਮਾਂ ਤੋਂ ਰਹਿਤ ਹੋਈਏ ਕਿਵੇਂ? ਬੜਾ ਪਿਆਰਾ ਜਵਾਬ ਦਿੱਤਾ ਜੀ ਉਹਨਾਂ। ਕਹਿੰਦਾ ਜੀ ਮੰਦੇ ਕੰਮਾਂ ਤੋਂ ਕਿਵੇਂ ਰਹਿਤ ਹੋਵਾਂ? ਇਹ ਤੁਹਾਡਾ ਦਿਲ ਕਰੇ ਤੇ ਇਹਨੂੰ ਲਿਆਇਓ। ਪਤਾ ਕੀ ਕਿਹਾ ਉਹਨਾਂ ਨੇ? ਕਹਿੰਦੇ ਮੰਦੇ ਕੰਮਾਂ ਤੋਂ ਰਹਿਤ ਹੋਣ ਦਾ ਸਭ ਤੋਂ ਸੌਖਾ ਤਰੀਕਾ ਸੌਣ ਤੋਂ ਪਹਿਲਾਂ, ਭਾਵੇਂ ਘੰਟਾ ਪਹਿਲਾਂ, ਭਾਵੇਂ 2 ਘੰਟੇ ਪਹਿਲਾਂ, ਡੇਢ ਘੰਟਾ ਪਹਿਲਾਂ, ਅੱਧਾ ਘੰਟਾ ਪਹਿਲਾਂ, ਮਹਾਂਪੁਰਖ ਕਹਿੰਦੇ ਸੌਣ ਤੋਂ ਪਹਿਲਾਂ ਕੇਵਲ 5 ਮਿੰਟ ਲਈ ਇਕੱਲਿਆਂ ਬਹਿ ਜਾ। ਇਹ ਮੰਦੇ ਕੰਮਾਂ ਤੋਂ ਰਹਿਤ ਹੁੰਦਾ ਜੋ ਉਹਨਾਂ ਨੇ ਮੈਨੂੰ ਦੱਸਿਆ, ਮੈਨੂੰ ਬੜਾ ਅਪੀਲ ਕੀਤਾ, ਅਪਣਾਇਓ। ਕਹਿੰਦੇ ਸੌਣ ਤੋਂ ਘੰਟਾ ਪਹਿਲਾਂ ਜਾਂ 2 ਘੰਟੇ ਪਹਿਲਾਂ, ਅੱਧਾ ਘੰਟਾ ਪਹਿਲਾਂ, 15 ਮਿੰਟ ਪਹਿਲਾਂ, 5 ਮਿੰਟ ਇਕੱਲਿਆਂ ਬਹਿ ਜਾਓ ਤੇ ਇੰਨਾ ਕੁ ਯਾਦ ਕਰੋ, ਸਿਰਫ ਇੰਨਾ ਕੁ, ਇੰਨਾ ਕੁ ਯਾਦ ਕਰੋ ਅੱਜ ਕਿੰਨਿਆਂ ਕੁ ਦੀ ਨਿੰਦਿਆ ਕੀਤੀ। ਦੇਖੋ ਇਹ ਮੰਦੇ ਕੰਮਾਂ ਤੋਂ ਰਹਿਤ ਹੋਣ ਦੀ ਤਰੀਕਾ ਹੈ। ਰੋਜ਼ 5 ਮਿੰਟ ਸੌਣ ਤੋਂ ਪਹਿਲਾਂ, ਭਾਵੇਂ ਅੱਧਾ ਘੰਟਾ ਘੰਟਾ ਪਹਿਲਾਂ, 5 ਮਿੰਟ ਨਹੀਂ ਭਾਵੇਂ 2 ਮਿੰਟ ਹੀ ਹੋ ਜਾਓ, ਅੱਜ ਮੈਂ ਕਿੰਨਿਆਂ ਕੁ ਦਾ ਦਿਲ ਤੋੜਿਆ, ਕਿੰਨਿਆਂ ਨਾਲ ਮੈਂ ਗਰਮ ਬੋਲਿਆ, ਕਿੰਨਿਆਂ ਕੁ ਦੇ ਹੱਥ ਚੁੱਕਿਆ, ਕਿੰਨਿਆਂ ਕੁ ਦੀ ਮੈਂ ਨਿੰਦਿਆ ਕੀਤੀ ਹੈ, ਕਿੰਨੇ ਕੁ ਮੈਂ ਝੂਠ ਬੋਲੇ ਨੇ। ਤੇ ਅਗਲੀ ਗੱਲ ਸੁਣਿਓ ਬੜੀ ਪਿਆਰੀ ਮਹਾਂਪੁਰਸ਼ਾਂ ਦੀ, ਕੋਸ਼ਿਸ਼ ਕਰੋ ਇਹ ਜਿਹੜਾ 2 ਮਿੰਟ ਸੋਚਣਾ ਨਾ, ਅੱਜ ਮੈਂ ਕਿੰਨਿਆਂ ਦੀ ਨਿੰਦਿਆ ਕੀਤੀ, ਕਿੰਨਿਆਂ ਦਾ ਦਿਲ ਤੋੜਿਆ, ਕਿੰਨਿਆਂ ਨਾਲ ਉੱਚੀ ਬੋਲਿਆ, ਕਿੰਨਿਆਂ ਕੁ ਦੇ ਹੱਥ ਚੁੱਕਿਆ। ਤੇ ਮਹਾਂਪੁਰਸ਼ ਕਹਿੰਦੇ ਇਹ ਜਿਹੜਾ 2 ਮਿੰਟ ਲਾਣੇ ਆ ਨਾ, ਕੋਸ਼ਿਸ਼ ਕਰੋ ਜਿਹੜੇ ਆਸਣ ਤੇ ਜਾ ਕੇ ਨਿਤਨੇਮ ਕਰਦੇ ਹੋ, ਜਾਂ ਗੁਰੂ ਗ੍ਰੰਥ ਗੁਰੂ ਸਾਹਿਬ ਦਾ ਕਮਰਾ, ਜਾਂ ਪੋਥੀਆਂ ਦਾ, ਸੈਂਚੀਆਂ ਦਾ ਆਸਣ ਹੈ, ਜਾਂ ਸਰਵ ਲੋਹ ਦੇ ਸ਼ਸਤਰ ਦਾ ਆਸਣ ਹੈ, ਕੋਸ਼ਿਸ਼ ਕਰੋ ਉਹ ਆਸਣ ਤੇ ਜਾ ਕੇ ਸੋਚੋ। ਆਖੋ ਸਤਨਾਮ। ਉਹ ਜਗ੍ਹਾ ਤੇ ਜਾ ਕੇ ਅੱਜ ਮੈਂ ਕਿੰਨਿਆਂ ਕੁ ਦੀ ਨਿੰਦਿਆ। ਤੇ ਮਹਾਂਪੁਰਸ਼ ਕਹਿੰਦੇ ਸੀ ਭਾਵੇਂ ਲਿਖ ਲਓ ਤੇ ਭਾਵੇਂ ਜਵਾਨੀ ਸੋਚ ਲਓ, ਸਿਰਫ ਸੋਚ ਲਓ 2 ਮਿੰਟ ਅੱਜ ਕਿੰਨਿਆਂ ਕੁ ਦਾ। ਇਹ ਬੜੀ ਮਤਲਬ ਅਪੀਲ ਵਾਲਾ ਕੰਮ ਜੇ, ਬਈ ਮੰਦੇ ਕੰਮਾਂ ਤੋਂ ਵਰਜੇ ਧੋਣ ਦਾ ਸੌਖਾ ਤਰੀਕਾ ਜੇ ਰਹਿ ਧੋਣ ਦਾ, ਕਿ ਸੌਣ ਤੋਂ ਅੱਧਾ ਘੰਟਾ ਪਹਿਲੇ ਜਾਂ ਘੰਟਾ, ਸਿਰਫ 2 ਮਿੰਟ ਦੇ ਦਿਓ, 3 ਮਿੰਟ ਦੇ ਦਿਓ, ਅੱਜ ਕਿੰਨਿਆਂ ਕੁ ਦੀ ਨਿੰਦੇ ਆ ਮਨਾ ਆਏਗਾ ਯਾਦ ਤੁਹਾਨੂੰ ਜ਼ਰੂਰ। ਅੱਜ ਕਿੰਨਿਆਂ ਕੁ ਨਾਲ ਗਰਮ ਬੋਲੇ ਹਾਂ, ਅੱਜ ਕਿੰਨਿਆਂ ਕੁ ਦੇ ਹੱਥ ਚੁੱਕੇ ਆ, ਅੱਜ ਕਿੰਨਿਆਂ ਕੁ ਦਾ ਦਿਲ ਤੋੜੇ ਆ, ਕਿੰਨੇ ਝੂਠ ਬੋਲੇ ਆ, ਕਿੰਨਿਆਂ ਕੁ ਦੀ ਨਿੰਦਿਆ ਕੀਤੀ। ਕਹਿੰਦੇ ਇੰਨਾ ਸੋਚ ਕੇ ਨਾ, ਜਦੋਂ ਸੋਚਣ ਤੋਂ ਬਾਅਦ ਆ ਜੇ ਚਾਰਾਂ ਦੀ ਨਿੰਦਿਆ ਕੀਤੀ ਆ, ਦੋਵਾਂ ਤੇ ਹੱਥ ਚੁੱਕੇ ਆ, 5 ਨਾਲ ਝੂਠ ਬੋਲਿਆ, ਤੇ ਜਦੋਂ ਆ ਜੇ ਤੇ ਗੱਲ ਚ ਪੱਲਾ ਪਾ ਕੇ ਨਾ, ਇੰਨਾ ਹੀ ਕਹਿਣਾ ਗੁਰੂ ਗੋਬਿੰਦ ਸਿੰਘ ਜੀ, ਅੱਜ ਅਣਜਾਣ ਪੌਣੇ ਵਿੱਚ ਜਾਂ ਜਾਣ ਕੇ ਮੰਦੇ ਕੰਮ ਜਿੰਨੇ ਵੀ ਹੋਏ ਨੇ, ਗੁਰੂ ਗੋਬਿੰਦ ਸਿੰਘ ਆਪਣੇ ਬਖਸ਼ਿਸ਼ ਦੇ ਖਾਤੇ ਚੋਂ ਮੈਨੂੰ ਮਾਫੀ ਦੇ ਦਿਓ। ਇਹਨਾਂ ਹੀ ਕਹਿੰਦੇ ਹੋ ਸਤਿਗੁਰੂ, ਅੱਜ ਜਿੰਨੇ ਵੀ ਇਹ ਹੋਏ ਨੇ ਉਹਨਾਂ ਤੋਂ ਮੈਨੂੰ ਮਾਫੀ ਦੇ ਦਿਓ, ਤੇ ਕੱਲ ਤੋਂ ਮੈਨੂੰ ਸੁਚੇਤਤਾ ਦੇ ਦਿਓ, ਇਹ ਘਟਣ ਵਧਣ ਨਾ, ਇਹ ਘਟਣ ਵਧਣ ਨਾ। ਗਾਇ ਕੇ ਆਖੋ ਸਤਨਾਮ। ਇਹ ਐਡਾ ਪਿਆਰਾ ਤਰੀਕਾ, ਇਹ ਅਸਲੀ ਦਇਆ ਜੇ ਆਪਣੇ ਤੇ। ਇਹ ਤੀਜਾ ਪੱਖ ਆਪਣੇ ਤੇ ਦਇਆ ਕੇ, ਮੰਦੇ ਕੰਮਾਂ ਤੋਂ ਰਹਿਤ ਹੋਣਾ, ਤੇ ਮੰਦੇ ਕੰਮਾਂ ਤੋਂ ਰਹਿਤ ਗੱਲਾਂ ਨਾਲ ਨਹੀਂ, ਇੰਨਾ ਕਿ 2 ਮਿੰਟ ਸੋਚਣਾ ਕਿਹੜਾ ਔਖਾ। ਕਹਿੰਦੇ ਅੱਜ ਸੋਚੇਗਾ ਕੱਲ ਤੋਂ ਘਟਾਏਗਾ। ਆਖੋ ਸਤਨਾਮ। ਅੱਜ ਸੋਚੇਗਾ ਨਾਲ ਮਾਫੀ ਮੰਗੇਗਾ ਕਿ ਸਤਿਗੁਰੂ ਬੰਦਾ ਵਾ ਭੁੱਲ ਜਾਂਦਾ,
ਕਿਤੇ ਜਾਣ ਕੇ ਭੁੱਲਿਆ ਕਿਤੇ ਹੰਕਾਰ ਚ ਭੁੱਲਿਆ। ਤਿੰਨ ਪੱਖ ਹੋ ਗਏ ਜੀ, ਤਿੰਨ ਰਹਿ ਗਏ। ਦੋ ਮਿੰਟ ਕਿਰਪਾ ਕਰਿਓ ਬੜੇ ਪਿਆਰ ਦੇ ਨਾਲ। ਐਸਾ ਗੱਜ ਕੇ ਆਖੋ ਸਤਨਾਮ। ਮੌਤ ਯਾਦ ਰੱਖਣੀ ਆਪਣੇ ਤੇ, ਦੂਜਾ ਪੱਖ ਤੀਜਾ ਪੱਖ ਮੰਦੇ ਕਰਮਾਂ ਤੋਂ ਰਹਿਤ ਆਪਣੇ ਤੇ ਦਇਆ ਦਾ ਤੀਜਾ ਪੱਖ, ਤੇ ਚੌਥਾ ਪੱਖ ਬੜਾ ਪਿਆਰਾ ਜੀ ਉਹ ਵੀ। ਮਹਾਂਪੁਰਸ਼ ਕਹਿੰਦੇ ਅਨਾਰ ਸਿੰਘ ਚੌਥਾ ਪੱਖ ਹੈ ਆਪਣੇ ਤੇ ਦਇਆ, ਕਿ ਜਦੋਂ ਸੌਣ ਤੋਂ ਪਹਿਲੇ ਦੋ ਮਿੰਟ ਬਹਿਣਾ ਨਾ, ਬੜਾ ਧਿਆਨ ਦੇਣਾ। ਪਹਿਲੇ ਤਾਂ ਸੋਚ ਲਿਆ ਝੂਠ ਕਿੰਨੇ ਬੋਲੇ ਨੇ, ਕਹਿੰਦੇ ਮਹਾਂਪੁਰਸ਼ ਕਹਿੰਦੇ ਹੁਣ ਦੋ ਮਿੰਟ ਇਹ ਸੋਚਣਾ ਕਿ ਚੰਗੇ ਕੰਮ ਕਿਹੜੇ ਕੀਤੇ। ਆਖੋ ਸਤਨਾਮ। ਜਦੋਂ ਆ ਜੇ ਨਾ ਵੀ ਅੱਜ ਚਲੋ 11 ਸੂਟ ਵੰਡੇ ਮੈਂ ਵਿਧਵਾ ਬੀਬੀਆਂ ਨੂੰ, ਅੱਜ ਮੈਂ ਆਹ ਕੀਤਾ, ਅੱਜ ਮੈਂ ਕਿਸੇ ਨੂੰ ਉਹਦੀ 6 ਮਹੀਨੇ ਦੀ ਫੀਸ ਦੇ ਕੇ ਆਈ ਹਾਂ, ਹੁੰਦਾ ਨਾ ਕਈ ਵਾਰੀ। ਕਹਿੰਦੇ ਚਲੋ ਜਿੰਨੇ ਕੁ ਹੋਣ, ਜਿਤਨੇ ਚੰਗੇ ਕੰਮ ਯਾਦ ਆ ਜਾਣ, ਓਨੀ ਵਾਰੀ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਜ ਤੱਕ ਪੜ ਕੇ ਸ਼ੁਕਰਾਨਾ ਕਰਨਾ ਕਿ ਸਤਿਗੁਰੂ ਇਹ ਜਿੰਨੇ ਚੰਗੇ ਕੰਮ ਹੋਏ ਨੇ ਉਹਨਾਂ ਦਾ ਤੇਰਾ ਸ਼ੁਕਰਾਨਾ ਤੂੰ ਕਰਾਏ ਨੇ। ਅੱਗੋਂ ਅਨਾਰ ਸਿੰਘ ਕਹਿੰਦਾ ਜੀ ਉਹ ਚੰਗੇ ਕੰਮਾਂ ਦਾ ਸ਼ੁਕਰਾਨਾ ਕਿਉਂ ਕਰਨਾ, ਤੇ ਮਹਾਂਪੁਰਸ਼ ਕਹਿੰਦੇ ਚੰਗੇ ਕੰਮਾਂ ਦਾ ਹੰਕਾਰ ਕਿਤੇ ਹਿਰਦੇ ਚ ਜਗ੍ਹਾ ਨਾ ਬਣਾ ਲਵੇ। ਆਖੋ ਸਤਨਾਮ। ਵਾਹਿਗੁਰੂ। ਇਹ ਹਿਰਦੇ ਚ ਜੇ ਚੰਗੇ ਕੰਮਾਂ ਦੇ ਹੰਕਾਰ ਨੇ ਜਗ੍ਹਾ ਬਣਾ ਲਈ, ਤੇ ਸਮਝ ਲਓ ਉਹ ਚੰਗੇ ਕੰਮ ਕਿਸੇ ਵੇਲੇ ਵੀ ਡੁੱਲ ਸਕਦੇ, ਉਹਦਾ ਵੀ ਸ਼ੁਕਰਾਨਾ ਨਾਲ ਹੀ ਕਰਦੇ। ਗੱਜ ਕੇ ਆਖੋ ਸਤਨਾਮ। ਤੂੰ ਕਰਾਇਆ, ਇਹ ਤੇਰੀ ਕਿਰਪਾ ਹੈ। ਟਾਈਮ ਪੂਰਾ ਸੂਰਾ। ਪੰਜਵਾਂ ਪੱਖ ਬੜੇ ਕੀਮਤੀ ਪੱਖ ਜੇ ਆਪਣੇ ਤੇ ਦਇਆ ਦਾ ਪੰਜਵਾਂ ਪੱਖ। ਮਹਾਂਪੁਰਸ਼ ਕਹਿੰਦੇ ਗੁਰਸਿੱਖਾਂ ਦੀ ਸੰਗਤ ਨਹੀਂ ਛੱਡਣੀ। ਗੱਜ ਕੇ ਆਖੋ ਆਪਣੇ ਤੇ ਦਇਆ ਜੇ, ਮੈਂ ਬਾਬਾ ਜੀ ਦੀ ਜੋਰੀ ਚ ਕਹਿ ਰਿਹਾ ਜੇ, ਸੰਗਤ ਨਾ ਛੱਡਿਆ ਕਰੋ। ਵੱਡੇ ਤੋਂ ਵੱਡੇ ਕੀਰਤਨੀ ਹੈ, ਵੱਡੇ ਤੋਂ ਵੱਡੇ ਅਮੀਰ, ਕਿਧਰੇ ਵੀ ਕੁਝ ਵੀ ਅਹੁਦਾ ਮਿਲ ਜਾਵੇ, ਸੰਗਤ। ਆਖੋ ਸਤਨਾਮ। ਵਾਹਿਗੁਰੂ। ਆ ਭਾਈ ਵੀਰ ਸਿੰਘ ਦੀ ਕਿਤਾਬ ਪੜੋਗੇ ਨਾ ਪ੍ਰਸੰਗਲੀਆਂ, ਉਹਦੇ ਚ ਇੱਕ ਜ਼ਿਕਰ ਆਉਂਦਾ ਕਿ ਕੋਈ ਭੈਣ ਸੀ ਤੇ ਉਹਦਾ ਭਰਾ ਡਾਕਟਰ ਬਣ ਗਿਆ ਬਾਹਰ। ਉਹ ਡਾਕਟਰ ਬਣ ਗਿਆ, ਪੈਸੇ ਕਮਾ ਰਿਹਾ, ਬੜਾ ਬਿਜ਼ੀ, ਤੇ ਭੈਣ ਨੂੰ ਇੱਕੋ ਚਿੰਤਾ, ਡਾਕਟਰ ਤੇ ਬਣ ਗਿਆ ਨਾਮ ਨਹੀਂ ਸਿਮਰਨ ਨਹੀਂ। ਤੇ ਭੈਣ ਨੇ ਨਾ ਜਦੋਂ ਗੱਲ ਕਰਨੀ ਭਾਈ ਵੀਰ ਸਿੰਘ ਜੀ ਦੇ ਵੇਲੇ ਦੀ ਗੱਲ, ਉਦੋਂ ਚਿੱਠੀ ਚ ਕੀ ਲਿਖਣਾ, ਵੀਰ ਇੱਕ ਮਹੀਨੇ ਲਈ ਇੰਡੀਆ ਆ ਜਾ, ਮੈਂ ਤੈਥੋਂ ਕੁਝ ਨਹੀਂ ਮੰਗਦੀ, ਇੱਕੋ ਦਾਤ ਮੰਗਦੀ ਆ, ਇੱਕ ਮਹੀਨਾ ਇੰਡੀਆ ਆ ਕੇ ਗੁਰਮੁਖਾਂ ਦਾ ਸੰਗ ਕਰ ਲੈ। ਆਖੋ ਸਤਨਾਮ। ਉਹ ਆ ਗਿਆ ਜੀ, ਤੇ ਭੈਣ ਲੈ ਆਈ ਭਾਈ ਵੀਰ ਸਿੰਘ ਜੀ। ਭਾਈ ਵੀਰ ਸਿੰਘ ਜੀ ਅਗੋਂ ਕਹਿੰਦੇ ਵੀ ਬੇਟਾ ਤੇਰਾ ਨਿਤਨੇਮ ਕਿੰਨਾ, ਕਹਿੰਦਾ ਜੀ ਮੇਰੇ ਕੋਲ ਟਾਈਮ ਨਹੀਂ। ਗੱਜ ਕੇ ਆਖੋ ਸਤਨਾਮ। ਮੈਂ ਤੇ ਘਰ ਘਰ ਜਾ ਕੇ ਮਰੀਜ਼ ਵੇਖਣੇ ਹੁੰਦੇ ਨੇ, ਮੇਰੀ ਬੜੀ ਵੱਡੀ ਡਿਊਟੀ ਗੌਰਮੈਂਟ ਵੱਲੋਂ ਵੀ, ਪ੍ਰਾਈਵੇਟ ਵੀ, ਖਰਚੇ ਵੀ ਬੜੇ ਆ, ਮੈਂ ਤੇ ਟਾਈਮ ਹੀ ਨਹੀਂ ਜੀ ਨਿਤਨੇ। ਦੇਖੋ ਭਾਈ ਵੀਰ ਸਿੰਘ ਕਿੱਡੇ ਮੈਂ ਕਹਿੰਦਾ ਕਮਾਲ ਦੇ, ਗੁੱਸਾ ਹੁੰਦਾ ਹੀ ਨਹੀਂ, ਅਗੋਏ ਨਹੀਂ ਵੀ ਗੁੱਸਾ ਆ ਗਿਆ, ਚੱਲ ਭਾਜਾ ਵੀ ਨਿਤਨੇ ਨਹੀਂ ਕਰਦਾ ਨਹੀਂ। ਕਹਿੰਦੇ ਅੱਛਾ ਥੋੜ੍ਹਾ ਟਾਈਮ ਕਰ ਲਿਆ ਹੈਗਾ, ਕਹਿੰਦਾ ਜੀ ਟਾਈਮ ਨਹੀਂ, ਬਾਹਰਲੇ ਮੁਲਕਾਂ 'ਚ ਟਾਈਮ ਨਹੀਂ ਹੈਗਾ। ਭਾਈ ਵੀਰ ਸਿੰਘ ਕਹਿੰਦੇ ਅੱਛਾ ਮਰੀਜ਼ ਘਰ ਵੀ ਵੇਖਣ ਜਾਂਦਾ, ਕਹਿੰਦਾ ਹਾਂਜੀ। ਭਾਈ ਵੀਰ ਸਿੰਘ ਕਹਿੰਦੇ ਵੀ ਜਦੋਂ ਘਰ ਵੇਖਣ ਜਾਂਦਾ ਕਈ ਰਸਤਾ ਪੌਣੇ ਪੌਣੇ ਘੰਟੇ ਦਾ ਵੀ ਹੁੰਦਾ, ਕਹਿੰਦੇ ਜੀ ਹਾਂਜੀ। ਕਹਿੰਦੇ ਅੱਛਾ ਨਹੀਂ ਟਾਈਮ ਹੈਗਾ, ਇੰਨਾ ਹੀ ਕਰ ਲਿਆ, ਜਦੋਂ ਪੌਣਾ ਘੰਟਾ ਕਾਰ ਚਲਾ ਰਿਹਾ ਹੁੰਦਾ ਨਾ, ਮਰੀਜ਼ ਵੇਖਣ ਜਾ ਰਿਹਾ ਹੁੰਦਾ, ਪੌਣਾ ਘੰਟਾ ਹੀ ਰਸਤੇ 'ਚ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਇਹ ਕਰ ਲਾਂਗਾ। ਗੱਜ ਕੇ ਆਖੋ ਸਤਨਾਮ। ਇਹ ਕਰ ਲਾਂਗਾ, ਵੇਖੋ ਆ ਗੁਰਮੁਖ ਦਾ ਸੰਗ ਹੈ ਨਾ। ਕਹਿੰਦੇ ਉਹ ਜਦੋਂ ਗਿਆ ਬਾਹਰਲੇ ਮੁਲਕ, ਇੱਕ ਮਹੀਨੇ ਬਾਅਦ ਭੈਣ ਨੂੰ ਚਿੱਠੀ ਲਿਖੀ ਕੀ, ਜਿਹੜਾ ਭਾਈ ਵੀਰ ਸਿੰਘ ਜੀ ਦਾ ਮੈਨੂੰ ਸੰਗ ਹੋਇਆ ਨਾ, ਜਿਹੜਾ ਉਹਨਾਂ ਨੇ ਕਿਹਾ ਨਾ ਮਰੀਜ਼ ਨੂੰ ਵੇਖਣ ਜਾਣਾ ਤੇ ਰਾਹ 'ਚ ਵਾਹਿਗੁਰੂ ਵਾਹਿਗੁਰੂ ਜਪਦੇ ਜਾਇਆ ਕਰ, ਉਹ ਵਾਹਿਗੁਰੂ ਵਾਹਿਗੁਰੂ ਜਪਣ ਨੇ
ਮੈਨੂੰ ਇੰਨੀ ਸ਼ਾਂਤੀ ਦੇਤੀ ਹੈ, ਇੰਨੀ ਸ਼ਾਂਤੀ ਦੇਤੀ ਹੈ ਕਿ ਮੈਂ ਹੁਣ ਇਹ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਦਾ ਨੇਮ ਛੱਡਣਾ ਹੀ ਨਹੀਂ, ਛੱਡਣਾ ਹੀ ਨਹੀਂ। ਗੁਰਸਿੱਖਾਂ ਦਾ ਸੰਗ ਗੱਜ ਕੇ ਆਖੋ ਸਤਨਾਮ। ਪੰਜਵਾਂ ਪੱਖ ਆਪਣੇ ਤੇ ਦਇਆ, ਬਾਰਵੀਂ ਇਹਦਾ ਪੰਜਵਾਂ ਪੱਖ ਗੁਰਸਿੱਖਾਂ ਦਾ ਸੰਗ ਨਾ ਛੱਡਿਓ। ਤੁਹਾਡੇ ਚੋਂ ਜਿਹੜਾ ਗੁਰਸਿੱਖਾਂ ਗੁਰਮੁਖਾਂ ਭਗਤਾਂ ਰੰਗਿਆਂ ਦਾ ਸੰਗ ਕਰਦਾ, ਸਮਝ ਲਓ ਤੁਸੀਂ ਆਪਣੇ ਤੇ ਦਇਆ ਕਰ ਰਹੇ ਹੋ। ਆਖੋ ਸਤਨਾਮ। ਛੇਵਾਂ ਪੱਖ ਉਹ ਇੱਕ ਮਿੰਟ ਵਿੱਚ ਜੀਵਾ ਐਸਾ ਫੁੱਲ ਮਾਰ ਮਹਾਂਪੁਰਸ਼ਾਂ ਨੇ ਛੇਵਾਂ ਪੱਖ ਉਸ ਦੀ ਝੋਲੀ ਚ ਪਾਇਆ। ਕਹਿੰਦੇ ਸ਼ਬਦ ਦੇ ਪ੍ਰਕਾਸ਼ ਨਾਲ ਪ੍ਰੇਮ ਕਰਨਾ, ਗੱਜ ਕੇ ਆਖੋ ਸਤਿਗੁਰੂ। ਸ਼ਬਦ ਦੇ ਪ੍ਰਕਾਸ਼ ਨਾਲ ਬੜੀ ਵੱਡੀ ਦਾਤ, ਸ਼ਬਦ ਦੇ ਪ੍ਰਕਾਸ਼ ਨਾਲ ਪ੍ਰੇਮ। ਛੇਵਾਂ ਪੱਖ ਜਿਹੜਾ ਤੁਹਾਡੇ ਸ਼ਬਦ ਦੇ ਪ੍ਰਕਾਸ਼ ਨਾਲ ਪ੍ਰੇਮ ਕਰਦਾ, ਉਹ ਆਪਣੇ ਤੇ ਦਇਆ ਕਰ ਰਿਹਾ। ਇੱਥੇ ਆ ਕੇ ਮੈਂ, ਕਿਉਂਕਿ ਕਈ ਗੱਲਾਂ ਫਿਰ ਵਿੱਚੋਂ ਨਾਲ ਥੋੜ੍ਹੀ ਦਲੀਲ ਨਾ ਆਵੇ ਆਨੰਦ ਨਹੀਂ ਆਉਂਦਾ। ਇੱਕ ਮਿੰਟ ਦਾ ਜ਼ਿਕਰ ਹੈ ਬਸ ਸੁਣ ਕੇ। ਰਾਜੇ ਜਨਕ ਵੇਲੇ, ਤੁਹਾਨੂੰ ਪਤਾ ਰਾਜੇ ਜਨਕ ਦਾ ਗੁਰੂ ਅਸ਼ਟਾਬਕਰ, ਅਤੇ ਰਾਜਾ ਜਨਕ ਆਪਣੇ ਗੁਰੂ ਨੂੰ ਕਹਿੰਦਾ ਪ੍ਰਕਾਸ਼ ਬਾਰੇ ਚਾਨਣਾ ਪਾਓ, ਪ੍ਰਕਾਸ਼ ਬਾਰੇ ਕਿ ਕਿਹੜਾ ਪ੍ਰਕਾਸ਼ ਸਥਿਰ ਹੈ, ਪ੍ਰਕਾਸ਼ ਕਿੰਨੇ ਰੂਪ ਦਾ। ਅੱਗੋਂ ਅਸ਼ਟਾਬਕਰ ਕਹਿੰਦਾ ਪਹਿਲਾ ਪ੍ਰਕਾਸ਼ ਹੈ ਦੀਵੇ ਦਾ, ਗੱਜ ਕੇ ਆਖੋ ਸਾਧਨ, ਆਹ ਵੀ ਪ੍ਰਕਾਸ਼। ਅੱਗੋਂ ਰਾਜਾ ਜਨਕ ਕਹਿੰਦਾ ਜੀ ਦੀਵਾ ਬੁਝ ਗਿਆ, ਸੁਣਿਓ ਜਰਾ, ਦੀਵਾ ਬੁਝ ਗਿਆ, ਪ੍ਰਕਾਸ਼ ਖਤਮ, ਇਹ ਸਥਿਰ ਨਹੀਂ ਹੈ। ਰਾਜੇ ਜਨਕ ਦਾ ਗੁਰੂ ਕਹਿੰਦਾ ਦੂਜਾ ਪ੍ਰਕਾਸ਼ ਹੈ ਵਾਣੀ ਦਾ, ਵਾਣੀ, ਬਾਣੀ ਨਹੀਂ, ਬੱਬਾ ਨਹੀਂ, ਵਵਾ, ਵਾਣੀ ਹੁੰਦੀ ਜੋ ਬੋਲਣ ਦਾ, ਵਾਣੀ, ਆ ਵੀ ਪ੍ਰਕਾਸ਼ ਕੁਝ ਬੋਲਣਾ। ਰਾਜਾ ਜਨਕ ਕਹਿੰਦਾ ਗਲਾ ਬੰਦ ਹੋ ਗਿਆ, ਆ ਪ੍ਰਕਾਸ਼ ਬੰਦ ਹੋ ਗਿਆ, ਆਪੋ ਸਤਨਾਮ, ਇਹ ਵੀ ਸਥਿਰ ਨਹੀਂ। ਰਾਜੇ ਜਨਕ ਦਾ ਗੁਰੂ ਕਹਿੰਦਾ ਜੀ ਤੀਜਾ ਪ੍ਰਕਾਸ਼ ਹੈ ਚੰਦਰਮਾ ਦਾ। ਅੱਗੋਂ ਰਾਜਾ ਜਨਕ ਕਹਿੰਦਾ ਜੀ ਮੱਸਿਆਂ ਦੀ ਕਾਲੀ ਰਾਤ ਆ ਗਈ, ਇਹ ਵੀ ਛੁਪ ਗਿਆ, ਗੱਜ ਕੇ ਆਖੋ ਸਤਨਾਮ, ਇਹ ਵੀ ਸਥਿਰ ਨਹੀਂ। ਉਹਨੇ ਅੱਗੋਂ ਆਖਿਆ ਫਿਰ ਚੌਥਾ ਪ੍ਰਕਾਸ਼ ਹੈ ਸੂਰਜ ਦਾ, ਗੱਜ ਕੇ ਆਖੋ ਸਤਨਾਮ, ਸੂਰਜ ਦਾ। ਅੱਗੋਂ ਫਿਰ ਰਾਜਾ ਜਨਕ ਕਹਿੰਦਾ ਜੀ ਸਥਿਰ ਹੈ ਵੀ ਨਹੀਂ, ਬੱਦਲ ਆ ਗਏ, ਹੁਣ ਵੀ ਬੱਦਲ ਆਏ ਹੋਏ, ਇਹ ਵਿਚਾਰਾ ਛੁਪ ਗਿਆ ਪ੍ਰਕਾਸ਼, ਆਖੋ ਸਤਨਾਮ, ਰਾਜਾ ਜਨਕ ਦਾ ਗੁਰੂ ਕਹਿਣ ਲੱਗਾ ਪੰਜਵਾਂ ਪ੍ਰਕਾਸ਼ ਹੈ ਮਨ ਦਾ। ਅੱਗੋਂ ਫਿਰ ਰਾਜਾ ਜਨਕ ਕਹਿੰਦਾ ਜੀ ਸਥਿਰ ਇਹ ਵੀ ਨਹੀਂ, ਕਦੀ ਕਿੱਧਰ ਦੌੜਦਾ ਕਦੀ ਕਿੱਧਰ ਦੌੜਦਾ। ਤੇ ਰਾਜੇ ਜਨਕ ਦਾ ਗੁਰੂ ਕਹਿੰਦਾ ਛੇਵਾਂ ਪ੍ਰਕਾਸ਼ ਹੈ ਬੁੱਧੀ ਦਾ, ਬੁੱਧੀ ਦਾ ਪ੍ਰਕਾਸ਼। ਰਾਜਾ ਜਨਕ ਕਹਿੰਦਾ ਜੀ ਬੁੱਧੀ ਕਦੀ ਤੇ ਬੜੀ ਨਿਰਮਲ ਹੋ ਜਾਂਦੀ ਤੇ ਕਦੀ ਬੁੱਧੀ ਚ ਖਿਆਲ ਬੜੇ ਗਲਤ ਆ ਜਾਂਦੇ ਨੇ, ਆ ਵੀ ਫਿਰ ਇੱਕ ਜਗ੍ਹਾ ਨੇ, ਗੱਜ ਕੇ ਆਖੋ ਸਤਨਾਮ। ਅੱਗੋਂ ਫਿਰ ਰਾਜੇ ਜਨਕ ਦਾ ਗੁਰੂ ਕਹਿੰਦਾ ਰਾਜਾ ਜਨਕ ਸੱਤਵਾਂ ਪ੍ਰਕਾਸ਼ ਸ਼ਬਦ ਦਾ, ਜਿਹੜਾ ਕਦੀ ਮਰਦਾ ਹੀ ਨਹੀਂ। ਆਓ ਜੀ ਸੰਗਤ ਜੀ, ਸ਼ਬਦ ਦਾ ਪ੍ਰਕਾਸ਼ ਗੁਰਬਾਣੀ ਵਿੱਚ ਇਹਦੇ ਬਾਰੇ ਕੀ ਆਖਿਆ ਜੀ।
ਸਖਿਆਂ ਦੇ ਕਬਦ ਲਗਾ ਐਸਾ ਗੁਰ ਵਡਾਗੀ ਮਾਇਆ ਐਸਾ ਗੁਰ ਵਡਾਗੀ ਐਸਾ ਗੁਰ ਵਡਾਗੀ ਐਸਾ ਗੁਰ ਵਡਾਗੀ ਮਾਇਆ ਬੋਲੇ ਸੋ 50 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਨੂੰ ਸਮਰਪਿਤ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਬੱਚਿਆਂ ਦੇ ਗੁਰਬਾਣੀ ਕੰਠ ਸਮਾਗਮ ਜਿਸ ਦਾ ਸਿਲੇਬਸ ਉਮਰ ਦੇ ਹਿਸਾਬ ਨਾਲ ਇਸ ਤਰ੍ਹਾਂ ਹੈ ਉਮਰ 1.5 ਸਾਲ ਤੱਕ ਦਾ ਕੋਈ ਵੀ ਬੱਚਾ ਵਾਹਿਗੁਰੂ ਸ਼ਬਦ ਬੋਲ ਕੇ ਸੁਣਾਵੇ ਅਤੇ ਇਨਾਮ ਪ੍ਰਾਪਤ ਕਰੇ ਉਮਰ 2 ਤੋਂ 5 ਸਾਲ ਗੁਰਮੰਤਰ ਮੂਲ ਮੰਤਰ ਪੰਜ ਪਿਆਰਿਆਂ ਦੇ ਨਾਮ ਚਾਰ ਸਾਹਿਬਜ਼ਾਦਿਆਂ ਦੇ ਨਾਮ ਉਮਰ 5 ਤੋਂ 10 ਸਾਲ ਜਪਜੀ ਸਾਹਿਬ ਦੀਆਂ 15 ਪੌੜੀਆਂ ਤੇ ਚੌਪਈ ਸਾਹਿਬ ਉਮਰ 10 ਤੋਂ 16 ਸਾਲ ਜਪਜੀ ਸਾਹਿਬ ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲਾ ਉਮਰ 16 ਤੋਂ 25 ਸਾਲ ਨਿਤਨੇਮ 5 ਬਾਣੀਆਂ ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲਾ ਸਾਰੇ ਬੱਚਿਆਂ ਕੋਲੋਂ 18 ਮਾਰਚ ਦਿਨ ਐਤਵਾਰ ਸਵੇਰੇ 9 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਠ ਸੁਣੇ ਜਾਣਗੇ ਅਤੇ ਉਮਰ ਮੁਤਾਬਿਕ ਸਿਲੇਬਸ ਸੁਣਾਉਣ ਵਾਲੇ ਹਰੇਕ ਬੱਚੇ ਨੂੰ ਇਨਾਮ ਦਿੱਤੇ ਜਾਣਗੇ ਅਤੇ ਨਾਲ ਹੀ ਇੱਕ ਖੁਸ਼ੀ ਦੀ ਗੱਲ ਹੋਰ ਹੈ ਕਿ ਜਿਤਨੇ ਵੀ ਬੱਚੇ ਪਹਿਲੇ ਦੂਜੇ ਅਤੇ ਤੀਸਰੇ ਨੰਬਰ ਤੇ ਆਉਣਗੇ ਉਹਨਾਂ ਨੂੰ ਕ੍ਰਮਵਾਰ 4100, 3100 ਅਤੇ 2100 ਰੁਪਏ ਇਨਾਮਾਂ ਰੂਪੀ ਪਿਆਰ ਨਾਲ 24 ਮਾਰਚ ਦਿਨ ਸ਼ਨੀਵਾਰ ਨੂੰ ਹੋ ਰਹੇ ਲਾਈਵ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ ਬੱਚਿਆਂ ਨੂੰ ਇਸ ਗੁਰਬਾਣੀ ਕੰਠ ਸਮਾਗਮ ਵਿੱਚ ਭਾਗ ਲੈਣ ਦੀ ਬੇਨਤੀ ਕੀਤੀ ਜਾਂਦੀ ਹੈ